ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ। ਸੁਖ ਮੰਗਲ ਕਲਿਆਣ ਵਿਚਾਰਿਆ, ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 59 ਵਿੱਚ ਅੱਜ ਆਪਾਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸੋ ਸਾਧ ਸੰਗਤ ਜੀ, ਪਿਛਲੇ ਪ੍ਰਸੰਗਾਂ ਵਿੱਚ ਆਪਾਂ ਭਾਈ ਰਾਮਾ ਜੀ ਦਾ ਪ੍ਰਸੰਗ ਸੁਣਿਆ ਸੀ, ਜਿਹੜੇ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆਏ ਹੋਏ ਸਨ ਅਤੇ ਗੁਰੂ ਜੀ ਨਾਲ ਸੰਬੰਧ ਜੋੜ ਕੇ ਫਿਰ ਆਪਣੇ ਘਰ ਨੂੰ ਚਲੇ ਗਏ। ਉਹਨਾਂ ਨੇ ਘਰ ਜਾ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ। ਗੁਰੂ ਜੀ ਨੇ ਆਪਣੇ ਸਪੁੱਤਰ ਦੀ ਸਗਾਈ ਸਾਡੀ ਪੁੱਤਰੀ ਨਾਲ ਕਰ ਦਿੱਤੀ ਹੈ। ਇਹ ਸੁਣ ਕੇ ਉਹਨਾਂ ਦੀ ਪਤਨੀ ਸੁਖਦੇਈ ਬਹੁਤ ਪ੍ਰਸੰਨ ਹੋਈ ਅਤੇ ਕਹਿਣ ਲੱਗੀ, ਵੱਡੇ ਭਾਗਾਂ ਨਾਲ ਮੁਕਤੀਦਾਤਾ ਮਿਲਦੇ ਹਨ। ਜਦ ਗੁਰੂ ਜੀ ਆਪਣੇ ਸਪੁੱਤਰ ਨੂੰ ਵਿਆਹੁਣ ਆਉਣਗੇ ਤਾਂ ਸਾਰੇ ਨਗਰ ਦੇ ਲੋਕ ਉਹਨਾਂ ਦੇ ਦਰਸ਼ਨ ਕਰਨਗੇ। ਸਾਰਿਆਂ ਉੱਤੇ ਤੁਹਾਡਾ ਵੱਡਾ ਉਪਕਾਰ ਹੋਇਆ ਹੈ, ਤੁਸੀਂ ਇਹ ਬਹੁਤ ਚੰਗਾ ਕੰਮ ਕੀਤਾ ਹੈ। ਜਦ 3 ਮਹੀਨੇ ਬੀਤ ਗਏ, ਮਾਘ ਦਾ ਮਹੀਨਾ ਚੜ੍ਹਿਆ ਤਾਂ ਭਲੇ ਦਿਨ ਸਮਝੇ ਆਪਣੀ ਪਤਨੀ ਨਾਲ ਉਸਨੇ ਸਲਾਹ ਕੀਤੀ, ਹੁਣ ਪੁੱਤਰੀ ਦਾ ਵਿਆਹ ਕਰ ਦਈਏ। ਪਾਂਧੇ ਪਾਸੋਂ ਸਾਹਾ ਸੁਧਾ ਕੇ ਲਿਖ ਕੇ ਸਤਿਗੁਰੂ ਜੀ ਦੇ ਪਾਸ ਭੇਜ ਦਿੱਤਾ। ਜਦ ਬ੍ਰਾਹਮਣ ਅਸੀਸ ਦੇਣ ਆਇਆ ਤਾਂ ਗੁਰੂ ਜੀ ਨੇ ਪੁੱਛਿਆ, ਕਿੱਥੋਂ ਆਇਆ ਹੈ? ਇਹ ਸੁਣ ਕੇ ਬ੍ਰਾਹਮਣ ਬੋਲਿਆ, ਮੈਨੂੰ ਭਾਈ ਰਾਮੇ ਨੇ ਭੇਜਿਆ ਹੈ, ਉਸਨੇ ਮੈਨੂੰ ਕਿਹਾ ਹੈ ਕਿ ਸਾਹੇ ਚਿੱਠੀ ਨੂੰ ਸਤਿਗੁਰੂ ਜੀ ਦੇ ਪਾਸ ਲੈ ਜਾਓ। ਮੈਂ ਨਗਰ ਬਟਾਲੇ ਤੋਂ ਚੱਲ ਕੇ ਆਇਆ ਹਾਂ, ਇਸ ਤਰ੍ਹਾਂ ਹਿੱਤ ਕਰਕੇ ਗੁਰੂ ਜੀ ਦੇ ਦਰਸ਼ਨ ਪਾਏ ਹਨ। ਜਦ ਕਿਸੇ ਮਨੁੱਖ ਦੇ ਚੰਗੇ ਭਾਗ ਜਾਗਦੇ ਹਨ ਤਾਂ ਆਪ ਜੀ ਦੇ ਦਰਸ਼ਨ ਕਰਨ ਆਉਂਦਾ ਹੈ। ਭਾਈ ਰਾਮੇ ਨੇ ਮੈਨੂੰ ਆਪ ਜੀ ਦੇ ਚਰਨਾਂ 'ਤੇ ਬੇਨਤੀ ਸਹਿਤ ਵੰਦਨਾ ਕਰਨ ਵਾਸਤੇ ਕਿਹਾ ਹੈ। ਫਿਰ ਗੁਰੂ ਜੀ ਨੇ ਬ੍ਰਾਹਮਣ ਤੋਂ ਸਾਹਿਬ ਚਿੱਠੀ ਲੈ ਕੇ ਪੜਵਾਈ, ਵਿਸਾਖ ਦਾ ਮਹੀਨਾ ਬੜਾ ਸੁਖਦਾਈ ਹੈ, ਮੈਂ ਚੰਗੀ ਤਰ੍ਹਾਂ ਸਾਹਾ ਸਧਵਾਇਆ ਹੈ, ਪ੍ਰਵਾਨ ਕਰਨਾ ਹੁਣ ਤੁਹਾਨੂੰ ਬਣਦਾ ਹੈ। ਜਦ ਸਤਿਗੁਰੂ ਜੀ ਦੇ ਘਰ ਵਿੱਚ ਖਬਰ ਪੁੱਜੀ, ਸਾਰੇ ਸੁਣ ਕੇ ਬਹੁਤ ਪ੍ਰਸੰਨ ਹੋਏ। ਮਾਤਾ ਗੰਗਾ ਜੀ ਨੇ ਕਿਹਾ, ਬਹੁਤ ਹੀ ਚੰਗਾ ਕਾਰਜ ਹੈ, ਉਤਸਵ ਵੇਖਣ ਲਈ ਮੇਰਾ ਬਹੁਤ ਹੀ ਦਿਲ ਕਰਦਾ ਹੈ। ਬ੍ਰਾਹਮਣ ਦੀ ਸੇਵਾ ਸੌਂਪਣਾ ਕਰਕੇ ਗੁਰੂ ਜੀ ਆਪਣੇ ਘਰ ਨੂੰ ਚਲੇ ਗਏ। ਘਰ ਦੇ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਪੁੱਛਣ ਲੱਗੇ, ਕਿਹੜੇ ਮਹੀਨੇ ਦਾ ਸਾਹਾ ਦਿੱਤਾ ਹੈ? ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ, ਵਿਸਾਖ ਮਹੀਨੇ ਦੀ 21ਵੀਂ ਸਾਹਾ ਸੋਧਿਆ ਗਿਆ ਹੈ। ਇਹ ਸੁਣ ਕੇ ਸਾਰੇ ਬਹੁਤ ਆਨੰਦ ਪ੍ਰਸੰਨ ਅਤੇ ਆਨੰਦ ਮੰਗਲ ਹੋਏ। ਆਪਣੀਆਂ 3 ਨੋਹਾਂ ਸਮੇਤ ਮਾਤਾ ਗੰਗਾ ਜੀ ਵੀ ਹਿਰਦੇ ਵਿੱਚ ਬਹੁਤ ਉਤਸ਼ਾਹਿਤ ਹੋਏ। ਇਸਤਰੀਆਂ ਨੇ ਮਿਲ ਕੇ ਮੰਗਲਾਚਾਰ ਦੇ ਗੀਤ ਗਾਏ। ਗੁਰੂ ਘਰ ਵਿੱਚ ਉਤਸਵ ਪ੍ਰਗਟ ਹੋਇਆ ਹੈ, ਸਾਰੇ ਸੁਣ ਸੁਣ ਕੇ ਪ੍ਰਸੰਨ ਹੋ ਰਹੇ ਸਨ। ਬ੍ਰਾਹਮਣ ਨੂੰ 2 ਦਿਨ ਆਪਣੇ ਪਾਸ ਰੱਖਿਆ ਅਤੇ ਉਸਨੂੰ ਲਾਗ ਵਜੋਂ ਧਨ ਦਿੱਤਾ। ਜਦ ਕੁਝ ਦਿਨ ਬੀਤ ਗਏ, ਸਮਾਨ ਇਕੱਠਾ ਕਰਨ ਦੀ ਤਿਆਰੀ ਕੀਤੀ, ਮਸੰਦਾਂ ਨੂੰ ਧਨ ਦੇ ਕੇ ਭੇਜਿਆ। ਉਹ ਖੰਡ ਘਿਓ ਇਕੱਠਾ ਕਰਕੇ ਲਿਆਏ, ਬਾਸਮਤੀ ਦੇ ਸੁੰਦਰ ਲੰਮੇ ਚਾਵਲ ਲਿਆਏ। ਇਸ ਤਰ੍ਹਾਂ ਹੀ ਜਿੱਥੇ ਚੰਗਾ ਕਣਕ ਦਾ ਅਨਾਜ ਵੇਖਿਆ ਉਸ ਨੂੰ ਲੈ ਕੇ ਆ ਗਏ। ਜਿੰਨਾ ਮਨ ਵਿੱਚ ਖਰਚ ਸਮਝਿਆ ਸੀ ਉਸ ਤੋਂ ਦੁਨੀਆਂ ਵਸਤੂਆਂ ਲੈ ਆਏ, ਬਹੁਤ ਕੜਾਹੇ ਚਾੜ ਦਿੱਤੇ, ਸ਼ੁਭ ਅਤੇ ਪਵਿੱਤਰ ਸਭ ਪ੍ਰਕਾਰ ਦੇ ਪਕਵਾਨ ਬਣਵਾਏ ਗਏ। ਪਹਿਲਾਂ ਬਹੁਤ ਥਾਲ ਭਰ ਭਰ ਕੇ ਲਿਆਏ ਅਤੇ ਸਾਰੇ ਸੇਵਕਾਂ ਨੂੰ ਖਵਾਏ। ਗੁਰੂ ਜੀ ਫਿਰ ਹਰਿਮੰਦਰ ਸਾਹਿਬ ਗਏ, ਫਿਰ 4 ਚੁਫੇਰੇ ਫਿਰ ਕੇ 4 ਪਰਿਕਰਮਾ ਕੀਤੀਆਂ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਪਾਸੋਂ ਅਰਦਾਸ ਕਰਵਾਈ, ਫਿਰ ਸਾਰਾ ਪ੍ਰਸ਼ਾਦ ਵਰਤਾ ਦਿੱਤਾ। ਬਾਅਦ ਵਿੱਚ ਪ੍ਰੇਮ ਸਹਿਤ ਘਰ ਆ ਗਏ। ਗੁਰੂ ਜੀ ਨੇ ਆਗਿਆ ਕੀਤੀ, ਜਿੱਥੇ ਕਿੱਥੇ ਸਾਕ ਸੰਬੰਧੀ ਹਨ ਉੱਥੇ ਉੱਥੇ ਪਕਵਾਨ ਭੇਜ ਦਿਓ, ਵਿਆਹ ਵਿੱਚ ਸ਼ਾਮਲ ਹੋਣ ਲਈ ਸਭ ਨੂੰ ਬੁਲਾਓ, ਇਸ ਕਾਰਜ ਵਿੱਚ ਕੋਈ ਦੇਰ ਨਾ ਲਾਓ।
माता गंगा जी ने पहला श्री खडूर साहब अते श्री गोविंदवाल साहब बहुत मिठाई भेजी, फिर मंडियाली ड्रॉली अते डल्ले पकवान दे के दूतां नूं भेजिया। अमृतसर विच जिन्ने घर सन सारयां नूं मिठाई भेज के आनंदित किया। होर जिहड़े अनेक प्रकार के मंगल सन वह हुंदे रहे जिवें माता गंगा जी फरमाउंदे सन। बाबा बिधी चंद जी नूं सारा समान सौंप दिता कि वह विआह के अनेक कार्यां नूं करन। सारे रंगां दे बहुत तंबू खरीदे गए जिहड़े रेशम दीआं डोरां नाल बन्ने होए सन। उहनां विच गलीचे कंबल अते कालीन आदि जमीन ते विछाउण वाले कपड़े सन वह सारे विआह वास्ते इकट्ठे करके रख लए। घोड़ियां दीआं काठियां ते विछाउण लई जीन दा कपड़ा खरीदया गया, उस उपर विछाउण वालियां सुंदर गद्दियां खरीदियां गईयां। योध्यां दीआं सुंदर पोशाकां बनाईयां गईयां अते बहुत गहने कढ़वाए गए। गुरु घर तों अणगिणत धन लै के सारा समान खरीद रहे सन। जद कुछ बना के तैयार करते सन तां सतगुरु जी नूं जाके विखाउंदे सन। जद कुछ दिन ही बाकी रह गए तां विआह विच शामिल होण लई मेल आ पहुंचिया। बाबा दातू जी अते बाबा मोरी जी भी आ गए। वह अपने नाल अपनियां पत्नियां अते पुत्र भी लैके आए। माता दया कौर अते भाई नारायण दास दोवें जी आ के बहुत खुशियां मना रहे सन। सतगुरु जी ने उन्हां दा बहुत सन्मान किया ते वड्डे थां जाण के वंदना की। फिर वह माता गंगा जी दे पास गए। इस्त्रियां गल मिल के अपने प्रेम का इजहार कर दियां सन। जद गुरु जी दे वड्डे महल माता दमोदरी जी ने सुनिया कि उन्हां दे माता पिता जी आए हैं तां उन्हां नूं जाके गल वकड़ी पा के मिले। भाई कृष्ण चंद ते उन्हां दी पत्नी माता धनवंती जी भी आए। उन्होंने गुरु जी नूं मिल के अपने गल नाल ला लिया। भाई द्वारा जी भी अपनी पत्नी माता भागण सहित आए ते अपनी सपुत्री माता मरवाही नूं मिल के उन्होंने सुख प्राप्त किया। सतगुरु जी के सारे परिवार को मेल बहुत हित धार के मिलिया। श्री गुरदित्ता जी के शरीर को वटना मलिया गया अते बड़े उत्साह नाल खुशी के गीत गाए गए। गुरु जी की आग्ञा नाल सारे बराती सुंदर ढंग नाल सज के तैयार हो गए। वस्त्र अते गहने बहुत पाए गए जेड़े धन खर्च के बनाए गए सन। छोटियां दुदंबियां अते शहनाइयां वज रही सन अते वड्डे नगारियां दे वजण दी भी आवाज आ रही सी। पट अते नकीब खड़े होके बोल रहे सन, जिस मनुख ने भी लैना देना है वह कर लवे। तद गुरु जी दे सपुत्र बाबा गुरदित्ता जी ने सारे सुनहरी रंग दे कपड़े धारण कर ले। मत्थे उत्ते सुंदर सेहरा शोभ रहा सी। श्री हरिमंदर साहब वल वंदना करके अते सरोवर समेत परिक्रमा करके घोड़े ते चढ़ के सब दे अगे लग गए अते नाल नाल सारी संगत बहुत शोभ रही सी। श्री गुरु हरगोबिंद साहब भी घोड़े ते चढ़ गए। शस्त्रां वस्त्रां नाल सजी हुई सारी सेना भी नाल चल पई। धौंसे दी तुनकार गंभीर हो जांदी सी जद दूहरा डगा मारदे सन। अनेक रथ ते गड्डियां चल पईआं। सब पालकियां जरी नाल सजियां होईआं झलमल कर रहीआं सन। धन दीआं भरीआं होईआं बहुत थैलियां लै लईआं। ये वेख के कि जेठे पुत्र दा विआह है, माता गंगा जी तिन्हां नौहां नूं नाल लै के अते होर सुंदर अंगां वालियां इस्त्रियां समेत मिल के चल पए अते कुल दी रीति करके बरात चढ़ाई। फिर बहुत आनंदित होकर घर नूं वापस आए। सतगुरु जी सपुत्र अते सैना नूं नाल लै के सारयां दे वेखदिआं अगे चल पए। मार्ग लंघ के जद कुछ पेंडा अगे गए तां शाम हो जाण करके सब तंबू लगा लए। ओ श्री गुरु नानक देव जी दा स्थान सी जिथे श्री गुरु नानक देव जी ने विआउण जांदिआं राह विच शुभ डेरा कीता सी। ये स्थान वेरके विखे है जिथे एक गुरद्वारा अते सरोवर भी है। उस स्थान ते जाके सब ने वंदना कीती। सिख पुछण लगे ये स्थान केड़े गुरु साहब दा है, तां गुरु जी ने दस्या कि इस स्थान ते श्री गुरु नानक देव जी आए सन। उत्थे सब ने यथायोग खाण पान किया। सारयां ने बहुत आनंद प्राप्त किया। सारे घोड़ियां बलदां नूं चारा खवा के तृप्त किया। उत्थे विश्राम करके रात बतीत की। जद एक पहर रात रहिंदी वेखी तां धौंसे नूं डगा लगण नाल तुणकार पैदा हुई।
ਧੌਂਸੇ ਦੀ ਆਵਾਜ਼ ਸੁਣ ਕੇ ਸਭ ਉੱਠ ਕੇ ਤਿਆਰੀ ਕਰਨ ਲੱਗੇ। ਸਾਰਿਆਂ ਨੇ ਆਪਣੀ ਰੁਚੀ ਅਨੁਸਾਰ ਸ਼ੌਚ ਇਸ਼ਨਾਨ ਕੀਤਾ, ਆਪਣੇ ਆਪਣੇ ਵਾਹਨਾਂ ਨੂੰ ਸਜਾਇਆ, ਫਿਰ ਸਤਿਗੁਰੂ ਜੀ ਅਸਵਾਰ ਹੋ ਗਏ। ਜਦ ਚੱਲਣ ਲੱਗੇ ਤਾਂ ਸਾਰੇ ਵਾਜੇ ਵੱਜ ਪਏ। ਵੱਡੇ ਨਗਾਰਿਆਂ 'ਤੇ ਡੱਗੇ ਲਗਵਾ ਕੇ ਉੱਚੀ ਧੁਨੀ ਉਠਵਾਈ। ਤੁਰੀ, ਢੋਲ ਅਤੇ ਬਾਂਸਰੀ ਵੱਜ ਰਹੀ ਸੀ। ਝਾਂਝ ਅਤੇ ਨਫੀਰੀਆਂ ਵੀ ਲਾਸਾਨੀ ਨਾਦ ਪੈਦਾ ਕਰ ਰਹੀਆਂ ਸਨ। ਬਰਾਤ ਇਸ ਤਰ੍ਹਾਂ ਉਮੜ ਕੇ ਚੱਲ ਪਈ ਜਿਵੇਂ ਨਦੀ ਦਾ ਤੇਜ਼ ਪ੍ਰਵਾਹ ਚੱਲ ਰਿਹਾ ਹੋਵੇ। ਸਾਰੇ ਆਪਣੇ ਮਨਾਂ ਵਿੱਚ ਇਹੀ ਅਭਿਲਾਸ਼ਾ ਧਾਰਨ ਕਰ ਰਹੇ ਸਨ ਕਿ ਕਦ ਢੁਕਾ ਨੂੰ ਜਾ ਕੇ ਵੇਖੀਏ। ਉਸ ਨਗਰ ਦੇ ਸਾਰੇ ਇਸਤਰੀ ਪੁਰਸ਼ ਬੜੇ ਪ੍ਰਸੰਨ ਚਿੱਤ ਇੱਧਰ ਉੱਧਰ ਫਿਰ ਰਹੇ ਸਨ। ਇਹ ਵੇਖ ਰਹੇ ਸਨ ਕਿ ਕਦ ਗੁਰੂ ਜੀ ਦੇ ਸਪੁੱਤਰ ਦੀ ਬਰਾਤ ਆਵੇਗੀ ਤਾਂ ਕਿ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਨੈਣਾਂ ਨੂੰ ਸਫਲ ਕਰੀਏ। ਯੋਧਿਆਂ ਦੇ ਚੱਲਦਿਆਂ ਬੰਦੂਕਾਂ ਚੱਲ ਰਹੀਆਂ ਸਨ। ਉਹ ਸ਼ਸਤਰ ਵਿੱਦਿਆ ਅਨੁਸਾਰ ਕਵਾਇਤ ਕਰ ਰਹੇ ਸਨ। ਮਾਨੋ ਘੋੜਿਆਂ ਨੂੰ ਹਿਰਨਾਂ ਦੇ ਪਿੱਛੇ ਭਜਾ ਰਹੇ ਸਨ। ਵਾਘਾਂ ਨੂੰ ਫੇਰ ਫੇਰ ਕੇ ਵਿਖਾਉਂਦੇ ਸਨ। ਬਰਾਤੀ ਵਸਤਰਾਂ ਸ਼ਸਤਰਾਂ ਨਾਲ ਸਜੇ ਹੋਏ ਸਨ। ਉਹਨਾਂ ਦੀ ਗਹਿਣਿਆਂ ਦੀ ਸੁੰਦਰ ਸ਼ੋਭਾ ਪ੍ਰਕਾਸ਼ ਹੋ ਰਹੀ ਸੀ। ਆਨੰਦ ਵਿਲਾਸ ਕਰਦੇ ਹੋਏ ਪਹੁੰਚ ਗਏ। ਜਦ ਬਟਾਲਾ ਇੱਕ ਘੋ ਰਹਿ ਗਿਆ, ਸਤਿਗੁਰੂ ਜੀ ਇੱਕ ਸੰਘਣੀ ਛਾਂ ਹੇਠ ਘੋੜੇ ਤੋਂ ਉੱਤਰ ਪਏ। ਉਹਨਾਂ ਨੂੰ ਵੇਖ ਕੇ ਸਾਰੇ ਮਨੁੱਖ ਲੋ ਗਏ। ਜਿੱਥੇ ਕਿੱਥੇ ਕਿਸੇ ਨੇ ਛਾਂ ਵੇਖੀ, ਉਸ ਸਮੇਂ ਸਾਰੇ ਆਪਣੇ ਘੋੜਿਆਂ ਤੋਂ ਉੱਤਰ ਪਏ। ਪ੍ਰਸੰਨ ਹੋ ਕੇ ਸਾਰੀਆਂ ਬੰਦੂਕਾਂ ਨੂੰ ਇਕੱਠਿਆਂ ਹੀ ਚਲਾਇਆ। ਬਹੁਤ ਉੱਚੀ ਅਤੇ ਭਾਰੀ ਆਵਾਜ਼ ਪੈਦਾ ਹੋਈ। ਫਿਰ ਸਭ ਵਾਜਿਆਂ ਦੀ ਆਵਾਜ਼ ਉੱਚੀ ਕੀਤੀ, ਜਿਹੜੀ ਆਵਾਜ਼ ਬਹੁਤ ਉੱਚੀ ਹੋਣ ਕਰਕੇ ਨਗਰ ਤੱਕ ਪਹੁੰਚ ਗਈ। ਭਾਈ ਰਾਮਾ ਜੀ ਅੱਗੇ ਇੰਤਜ਼ਾਰ ਕਰ ਰਹੇ ਸਨ। ਇਹ ਆਵਾਜ਼ ਸੁਣ ਕੇ ਮਾਨੋ ਸਾਰੇ ਨਗਰ ਦੇ ਮਨੁੱਖ ਉਸ ਪਲ ਹੀ ਜਾਗੇ ਹੋਣ। ਸਾਰੇ ਫੌਰਨ ਉੱਠ ਖਲੋਤੇ ਅਤੇ ਬਰਾਤ ਦਾ ਸਵਾਗਤ ਕਰਨ ਵਾਸਤੇ ਆਪਣਾ ਆਪਣਾ ਕੰਮ ਸੰਭਾਲਿਆ। ਪਕਵਾਨਾਂ ਦੀਆਂ ਵਹਿੰਗੀਆਂ ਭਰ ਲਈਆਂ, ਜਿਹੜੇ ਹਰ ਪ੍ਰਕਾਰ ਨਾਲ ਬਹੁਤ ਸਵਾਦੀ ਸਨ। ਤੁਰੰਤ ਪ੍ਰਮੁੱਖ ਮਨੁੱਖਾਂ ਨੂੰ ਇਕੱਠਾ ਕਰਕੇ ਸਤਿਗੁਰੂ ਜੀ ਨੂੰ ਅੱਗੇ ਜਾ ਕੇ ਲੈਣ ਵਾਸਤੇ ਭੇਜਿਆ। ਉਹ ਤੁਰੰਤ ਹਜ਼ੂਰ ਦੇ ਪਾਸ ਆ ਕੇ ਪਹੁੰਚੇ ਅਤੇ ਸੁੰਦਰ ਮਠਿਆਈ ਦੀਆਂ ਭਰੀਆਂ ਵਹਿੰਗੀਆਂ ਗੁਰੂ ਜੀ ਦੇ ਅੱਗੇ ਧਰ ਦਿੱਤੀਆਂ। ਵੰਦਨਾ ਕਰਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਸਾਰੇ ਸਮਾਨ ਨੂੰ ਵੇਖਿਆ। ਭਾਈ ਰਾਮਾ ਜੀ ਨੇ ਬੇਨਤੀ ਕੀਤੀ, ਹੇ ਮਹਾਰਾਜ, ਹੁਣ ਨਗਰ ਨੂੰ ਚੱਲੋ, ਪ੍ਰੇਮੀਆਂ ਦੇ ਦਿਲਾਂ ਨੂੰ ਆਨੰਦ ਦਿਓ। ਸਾਰੀ ਮਠਿਆਈ ਬਰਾਤ ਵਿੱਚ ਵਰਤਾ ਦਿੱਤੀ। ਸਾਰਿਆਂ ਨੇ ਮਠਿਆਈ ਖਾ ਕੇ ਉਸ ਦੀ ਸ਼ਲਾਘਾ ਕੀਤੀ ਕਿ ਇਹ ਬਹੁਤ ਸਵਾਦੀ ਹੈ। ਜਦ ਇਹ ਵੇਖਿਆ ਕਿ ਇੱਕ ਪਹਿਰ ਰਹਿ ਗਿਆ ਹੈ ਤਾਂ ਸਤਿਗੁਰੂ ਜੀ ਨੇ ਵਿਸ਼ੇਸ਼ ਹੁਕਮ ਦਿੱਤਾ, ਸਾਰੇ ਆਪਣੇ ਬਾਣੇ ਪਾ ਕੇ ਤਿਆਰ ਹੋ ਜਾਓ ਅਤੇ ਬਸਤਰ ਸ਼ਸਤਰ ਪਹਿਣ ਕੇ ਸਾਵਧਾਨ ਹੋ ਜਾਓ। ਜਿੱਥੇ ਕਿੱਥੇ ਨਕੀਬ ਨੇ ਬੋਲ ਕੇ ਕਿਹਾ, ਆਪਣੀ ਆਪਣੀ ਵਾਹਨ 'ਤੇ ਸਵਾਰ ਹੋ ਜਾਓ। ਉਸੇ ਵੇਲੇ ਸਾਰਿਆਂ ਦੇ ਮਨ ਆਨੰਦਿਤ ਹੋ ਗਏ। ਜਦ ਸਾਰਿਆਂ ਨੇ ਇਹ ਸਮਝਿਆ ਕਿ ਢੁਕਾ ਹੋਣ ਲੱਗਾ ਹੈ, ਬਾਂਕੇ ਛੈਲ ਛਬੀਲੇ ਸਾਰੇ ਛਾ ਗਏ। ਜਿਨ੍ਹਾਂ ਨੇ ਸਰੀਰ ਉੱਤੇ ਸੁੰਦਰ ਵਸਤਰ ਅਤੇ ਸ਼ਸਤਰ ਪਹਿਣੇ ਹੋਏ ਸਨ, ਜਿਨ੍ਹਾਂ ਦੇ ਮੁੱਖ ਮੰਡਲ ਅਤੇ ਕੁੰਡਲ ਹਿੱਲ ਰਹੇ ਸਨ, ਮੁਸਕਰਾ ਮੁਸਕਰਾ ਕੇ ਆਪਸ ਵਿੱਚ ਬੋਲਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਜੀ ਹਾਥੀ ਉੱਤੇ ਚੜ੍ਹੇ ਹੋਏ ਸਨ। ਹਾਥੀ ਉੱਤੇ ਪਾਇਆ ਹੋਇਆ ਜ਼ਰੀ ਦੀਆਂ ਝਾਲਰਾਂ ਨਾਲ ਜੜਿਆ ਝੁੱਲ ਬੜਾ ਚਮਕ ਰਿਹਾ ਸੀ। ਚੱਲਦਿਆਂ ਘੰਟਿਆਂ ਦੀ ਟਣਕਾਰ ਹੋ ਰਹੀ ਸੀ। ਅਨੇਕ ਰੰਗਾਂ ਨਾਲ ਸਾਰੇ ਚਿੱਤਰੇ ਹੋਏ ਸਨ। ਸਤਿਗੁਰੂ ਜੀ ਨੇ ਆਪਣੇ ਨਾਨਾ ਜੀ ਭਾਈ ਸਾਈਂਦਾਸ ਜੀ ਨੂੰ ਚੱਲਦਿਆਂ ਚੱਲਦਿਆਂ ਕਿਹਾ, ਅੰਬਾਰੀ 'ਤੇ ਪਿੱਛੋਂ ਦੀ ਚੜ੍ਹ ਜਾਓ। ਭਾਈ ਸਾਈਂਦਾਸ ਜੀ ਨੇ ਕਿਹਾ, ਆਪ ਵੱਡੇ ਸਾਹਿਬ ਹੋ, ਮੈਂ ਸੇਵਕਾਂ ਦਾ ਸੇਵਕ ਹਾਂ, ਮੈਂ ਕਿਵੇਂ ਬੈਠਣ ਦੀ ਬਰਾਬਰੀ ਕਰ ਸਕਦਾ ਹਾਂ, ਅਤਿ ਅਯੋਗਤਾ ਕਿਸ ਤਰ੍ਹਾਂ ਧਾਰਨ ਕਰਾਂ। ਸ਼੍ਰੀ ਹਰਗੋਬਿੰਦ ਜੀ ਨੇ ਉਹਨਾਂ ਨੂੰ ਪਾਸ ਬੁਲਾਇਆ ਅਤੇ ਬਾਂਹ ਤੋਂ ਫੜ ਕੇ ਪਿੱਛੋਂ ਦੀ ਹਾਥੀ 'ਤੇ ਚੜ੍ਹਾ ਲਿਆ। ਭਾਈ ਦਾਤੂ ਜੀ ਰੱਥ ਵਿੱਚ ਚੜ੍ਹ ਕੇ ਚੱਲ ਪਏ, ਬਾਕੀ ਸਭ ਘੋੜਿਆਂ 'ਤੇ ਚੜ੍ਹੇ ਸਨ। ਪਾਲਕਿਆਂ ਦੀ ਜ਼ਰੀ ਚਮਕਦੀ ਹੋਈ ਬੜੀ ਸ਼ੋਭਾ ਪਾ ਰਹੀ ਸੀ। ਉਸ ਉੱਤੇ ਚੜ੍ਹੇ ਬਾਬਾ ਮੋਹਰੀ ਜੀ ਅੱਗੇ ਅੱਗੇ ਜਾ ਰਹੇ ਸਨ। ਭਾਈ ਕ੍ਰਿਸ਼ਨ ਚੰਦ ਰੱਥ ਵਿੱਚ ਚੜ੍ਹੇ ਸਨ। ਭਾਈ ਦੁਆਰਾ ਜੀ ਵੀ ਦਿਲ ਵਿੱਚ ਆਨੰਦ ਭਰ ਕੇ ਉਸ ਦੇ ਨਾਲ ਬੈਠੇ ਸਨ। ਇਤਿਹਾਸ ਸਭ ਵਾਹਨਾਂ 'ਤੇ ਬੈਠੇ ਸਨ। ਸਾਰੀ ਬਰਾਤ ਨੂੰ ਮੈਂ ਕਿੱਥੋਂ ਤੱਕ ਗਿਣਾਂ। ਸੋਨੇ ਚਾਂਦੀ ਦੀਆਂ ਬਣੀਆਂ ਘੋੜਿਆਂ ਦੀਆਂ ਕਾਠੀਆਂ ਬਹੁਤ ਸ਼ੋਭਾ ਪਾ ਰਹੀਆਂ ਸਨ। ਉਹਨਾਂ ਉੱਤੇ ਯੋਧੇ ਅਤੇ ਹੋਰ ਬਰਾਤੀ ਚੜ੍ਹੇ ਹੋਏ ਸਨ। ਭਾਈ ਨਾਰਾਇਣ ਦਾਸ ਵੀ ਬੜੇ ਬਣ ਠਣ ਕੇ ਚੜ੍ਹੇ ਹੋਏ ਸਨ। ਉਹਨਾਂ ਨੇ ਧਨ ਦੀ ਵਰਖਾ ਕਰਨ ਵਾਸਤੇ ਥੈਲੀਆਂ ਫੜੀਆਂ ਹੋਈਆਂ ਸਨ। ਹੋਰ ਮਸੰਤੇ ਬਾਬਾ ਵਿਧੀ ਚੰਦ ਆਦਿ ਨੇ ਧਨ ਦੀ ਵਰਖਾ ਕਰਨ ਵਾਸਤੇ ਬਹੁਤ ਧਨ ਫੜਿਆ ਹੋਇਆ ਸੀ। ਹੋਰ ਸਾਜ਼ੋ ਸਮਾਨ ਦੀ ਕਿੱਥੋਂ ਤਾਂ ਗਿਣਤੀ ਕਰੀਏ। ਗੁਰੂ ਗਰੀਬ ਨਿਵਾਸ ਵੀ
ਬਹੁਤ ਧਨ ਲੈ ਕੇ ਹਾਥੀ ਉੱਤੇ ਬੈਠੇ ਹੋਏ ਸਨ। ਅਨੇਕ ਪ੍ਰਕਾਰ ਦੇ ਵਾਜੇ ਵੱਜ ਰਹੇ ਸਨ ਅਤੇ ਢੋਲ ਤੇ ਡਗਾ ਲੱਗ ਰਿਹਾ ਸੀ। ਨਗਰ ਦੇ ਇਸਤਰੀ ਪੁਰਸ਼ ਦਰਸ਼ਨ ਕਰਕੇ ਬਹੁਤ ਖੁਸ਼ ਹੋਏ, ਮਾਨੋ ਬੱਦਲ ਉਮੜ ਕੇ ਅਤੇ ਘੁੰਮ ਘੁੰਮ ਕੇ ਵਰਸ਼ਾ ਕਰ ਰਿਹਾ ਹੋਵੇ। ਘੋੜੀ ਉੱਤੇ ਚੜ੍ਹ ਕੇ ਬਾਬਾ ਗੁਰਦਿੱਤਾ ਜੀ ਆਪਣੇ ਸਹੁਰੇ ਦੇ ਘਰ ਪਹੁੰਚਣਾ ਚਾਹੁੰਦੇ ਸਨ। ਤਦ ਭਾਈ ਰਾਮਾ ਜੀ ਨੇ ਬਹੁਤ ਭੇਟਾਵਾਂ ਲਈਆਂ ਅਤੇ ਗੁਰੂ ਜੀ ਨੂੰ ਹੱਥ ਜੋੜ ਕੇ ਮਿਲਣ ਆਏ। ਸਤਿਗੁਰੂ ਜੀ ਦੇ ਪੈਰਾਂ 'ਤੇ ਡਿੱਗ ਪਏ, ਗਲੇ ਨਾ ਮਿਲੇ, ਗੁਰੂ ਜੀ ਦਾ ਅਦਬ ਕੀਤਾ। ਬਹੁਤ ਮਨੁੱਖਾਂ ਨੇ ਮਿਲਣੀ ਕਰਨ ਵਾਸਤੇ ਕਿਹਾ, ਪਰ ਉਹ ਮੰਨੇ ਨਹੀਂ। ਗੁਰੂ ਜੀ ਨੇ ਭਾਈ ਰਾਮੇ ਨੂੰ ਬਾਂਹ ਤੋਂ ਫੜ ਕੇ ਗਲ ਨਾਲ ਲਾ ਲਿਆ। ਜਦ ਸਾਰੀਆਂ ਰੀਤੀਆਂ ਕਰਕੇ ਪਿੱਛੇ ਹਟ ਗਏ ਤਦ ਚੰਗਾ ਢੁਕਾ ਕਰਨਾ ਚਾਹੁੰਦੇ ਸਨ। ਧਨ ਦੀ ਵਰਸ਼ਾ ਕਰਦੇ ਉੱਥੇ ਪਹੁੰਚ ਗਏ। ਨਗਰ ਦੇ ਲੋਕ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਸ਼੍ਰੀ ਗੁਰਦਿੱਤਾ ਜੀ ਦਰਵਾਜ਼ੇ 'ਤੇ ਖੜ੍ਹੇ ਹੋ ਗਏ। ਸ਼੍ਰੀ ਗੁਰਦਿੱਤਾ ਜੀ ਦੀ ਆਰਤੀ ਉਤਾਰੀ ਗਈ, ਜਿਹੜੇ ਸਭ ਦੇ ਪਿਆਰੇ ਸਨ। ਭਲੀ ਲੌਕਿਕ ਅਤੇ ਵੈਦਿਕ ਰੀਤੀ ਕਰਕੇ ਸਾਰੇ ਪਿੱਛੇ ਹਟ ਗਏ। ਚੰਗੇ ਥਾਂ ਜਨ ਦਾ ਡੇਰਾ ਕਰਵਾਇਆ ਗਿਆ। ਵਾਹਨ ਅਤੇ ਘੋੜੇ ਛੱਡ ਕੇ ਸਾਰੇ ਉਤਰ ਗਏ। ਤੁਰੰਤ ਭਾਈ ਰਾਮਾ ਜੀ ਨੇ ਸੁਨੇਹਾ ਭੇਜ ਕੇ ਬੁਲਾ ਲਿਆ, ਪਹਿਲਾਂ ਸਾਰੇ ਭੋਜਨ ਛਕ ਲਓ, ਬਾਅਦ ਵਿੱਚ ਫੇਰੇ ਹੋਣਗੇ। ਇਸ ਤਰ੍ਹਾਂ ਸੁਣ ਕੇ ਸਾਰੇ ਪ੍ਰਸੰਨ ਹੋ ਕੇ ਉੱਠ ਪਏ। ਆਤਿਸ਼ਬਾਜ਼ੀ ਚੱਲਣ ਲੱਗੀ, ਜਿਸ ਨੂੰ ਵੇਖ ਕੇ ਨਗਰ ਦੇ ਇਸਤਰੀਆਂ ਪੁਰਸ਼ ਬਹੁਤ ਖੁਸ਼ ਹੋਏ। ਸਤਿਗੁਰੂ ਜੀ ਤਮਾਸ਼ਾ ਵੇਖਦੇ ਚਲੇ ਜਾ ਰਹੇ ਸਨ ਅਤੇ ਇਸ ਤਰ੍ਹਾਂ ਭਾਈ ਰਾਮਾ ਜੀ ਦੇ ਘਰ ਜਾ ਪਹੁੰਚੇ। ਚੰਦਨ ਦੀ ਸੁੰਦਰ ਚੌਂਕੀ ਬਣਾਈ ਗਈ ਸੀ ਅਤੇ ਅਨੇਕ ਰੀਤੀਆਂ ਨਾਲ ਜ਼ਮੀਨ ਉੱਤੇ ਕਲੀਨ ਅਤੇ ਗਲੀਚੇ ਵਿਛਾਏ ਗਏ ਸਨ। ਉਸ ਉੱਤੇ ਗੁਰੂ ਜੀ ਨੂੰ ਬਿਠਾ ਲਿਆ ਅਤੇ ਬਰਾਤ ਪੰਗਤਾਂ ਵਿੱਚ ਬੈਠ ਗਈ। ਥਾਲਾਂ ਵਿੱਚ 7 ਪ੍ਰਕਾਰ ਦੇ ਪਕਵਾਨ ਪਰੋਸੇ ਗਏ। ਲੱਡੂ ਜਲੇਬੀਆਂ ਬਹੁਤ ਹੀ ਸਵਾਦੀ ਸਨ। ਬੜੇ ਹੀ ਪ੍ਰੇਮ ਨਾਲ ਸਾਰੇ ਭੋਜਨ ਛਕਣ ਲੱਗੇ। ਮਨ ਭਾਉਂਦੇ ਭੋਜਨ ਹਨ ਜਿਹੜੇ ਬਹੁਤ ਹੀ ਸਵਾਦੀ ਹਨ। ਬਰਾਤ ਦੇ ਮਨੁੱਖ ਬਹੁਤ ਆਨੰਦਿਤ ਹੋ ਗਏ। ਇਸ ਪ੍ਰਕਾਰ ਭੋਜਨ ਛੱਕ ਕੇ ਉੱਠ ਬੈਠੇ। ਫਿਰ ਗੁਰੂ ਜੀ ਨੇ ਜੂਠ ਮਾਂਜਣ ਵਾਲੇ ਲਾਗੀਆਂ ਨੂੰ ਬਹੁਤ ਧਨ ਦਿੱਤਾ ਅਤੇ ਹੋਰ ਸਾਰੀਆਂ ਰੀਤੀਆਂ ਕੀਤੀਆਂ। ਵਾਜੇ ਵੱਜਦਿਆਂ ਆਪਣੇ ਡੇਰੇ ਆ ਗਏ। ਸਤਿਗੁਰੂ ਜੀ ਬੈਠੇ ਬੜੀ ਸ਼ੋਭਾ ਪਾ ਰਹੇ ਸਨ। ਥੋੜ੍ਹੇ ਸਮੇਂ ਬਾਅਦ ਹੀ ਫਿਰ ਬੁਲਾ ਲਿਆ ਗਿਆ, ਤਿਆਰ ਹੋ ਕੇ ਫੇਰੇ ਲੈਣ ਵਾਸਤੇ ਚੱਲੋ। ਕੁਝ ਪ੍ਰਮੁੱਖ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਚੱਲ ਪਏ। ਸ਼੍ਰੀ ਗੁਰਦਿੱਤਾ ਜੀ ਨੂੰ ਸਭ ਦੇ ਅੱਗੇ ਲਾਇਆ ਅਤੇ ਜਾ ਕੇ ਘਰ ਵਿੱਚ ਪ੍ਰਵੇਸ਼ ਕਰ ਗਏ। ਸਤਿਗੁਰੂ ਜੀ ਨੇ ਦਾਨ ਮਾਨ ਬਹੁਤ ਦਿੱਤਾ, ਬ੍ਰਾਹਮਣਾਂ ਨੂੰ ਬਹੁਤ ਪ੍ਰਸੰਨ ਕੀਤਾ। ਫਿਰ ਲਾਵਾਂ ਲਈਆਂ ਗਈਆਂ। ਫਿਰ ਗੁਰੂ ਜੀ ਆਪਣੇ ਨਿਵਾਸ ਸਥਾਨ 'ਤੇ ਚਲੇ ਗਏ। ਬਾਕੀ ਰਾਤ ਸੌਂ ਕੇ ਬਤੀਤ ਕੀਤੀ। ਜਦ ਸਵੇਰ ਹੋਈ ਤਾਂ ਵਾਜੇ ਫਿਰ ਵੱਜਣ ਲੱਗੇ। ਸਾਰੇ ਬਰਾਤੀ ਉੱਠ ਕੇ ਕੱਪੜੇ ਪਹਿਣ ਕੇ ਸੱਜ ਗਏ। ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਸਥਾਨ ਸੀ, ਗੁਰੂ ਜੀ ਆਪਣੇ ਸਪੁੱਤਰ ਜੀ ਨੂੰ ਲੈ ਕੇ ਉੱਥੇ ਚਲੇ ਗਏ। ਭਾਈ ਸਾਈਂਦਾਸ ਜੀ ਨੇ ਹੱਥ ਜੋੜ ਕੇ ਕਿਹਾ, ਇਸ ਥਾਂ ਵੰਦਨਾ ਕਿਉਂ ਕੀਤੀ ਹੈ? ਗੁਰੂ ਜੀ ਨੇ ਉਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪ੍ਰਸੰਗ ਬਾਰੇ ਸੁਣਾਇਆ। ਇੱਥੇ ਗੁਰੂ ਜੀ ਨੇ ਆ ਕੇ ਮੂਲ ਚੰਦ ਦੇ ਘਰ ਵਿਆਹ ਦੇ ਫੇਰੇ ਲਏ ਸਨ। ਉਸ ਸਥਾਨ ਦੀ ਪੂਜਾ ਕਰਕੇ ਵਾਪਸ ਆ ਗਏ। ਫਿਰ ਭੋਜਨ ਵਾਸਤੇ ਗੁਰੂ ਜੀ ਨੂੰ ਬੁਲਾਇਆ ਗਿਆ। ਸ਼੍ਰੀ ਹਰਗੋਬਿੰਦ ਜੀ ਰੱਥ ਉੱਥੇ ਚੜ੍ਹ ਕੇ ਬਰਾਤ ਦੇ ਨਾਲ ਚੱਲ ਪਏ। ਬਾਰ ਬਾਰ ਚੌਰ ਫਿਰ ਰਿਹਾ ਸੀ। ਗੁਰੂ ਜੀ ਸਫੇਦ ਪੁਸ਼ਾਕ ਵਿੱਚ ਬਹੁਤ ਸਜੇ ਹੋਏ ਸਨ। ਚੱਲਦੇ ਚੱਲਦੇ ਭਾਈ ਰਾਮੇ ਜੀ ਦੇ ਦਰਵਾਜ਼ੇ 'ਤੇ ਪਹੁੰਚ ਗਏ। ਆਦਰ ਵਾਸਤੇ ਸਾਰੇ ਦੌੜ ਦੌੜ ਕੇ ਆਉਂਦੇ ਸਨ। ਹੱਥ ਜੋੜ ਕੇ ਪ੍ਰਸੰਨ ਹੋ ਕੇ ਹੱਸ ਕੇ ਵਿਖਾਉਂਦੇ ਸਨ ਅਤੇ ਕਹਿੰਦੇ ਸਨ, ਧੰਨ ਗਰੀਬ ਨਿਵਾਜ। ਸੁੰਦਰ 4 ਨੁਕਰਾਂ ਵਾਲੀ ਚੰਦਨ ਦੀ ਚੌਂਕੀ ਸੀ। ਉਸ ਉੱਤੇ ਗੁਰੂ ਜੀ ਨੂੰ ਬੇਨਤੀ ਅਤੇ ਵੰਦਨਾ ਕਰ ਕਰਕੇ ਬਿਠਾਇਆ ਗਿਆ। ਹੋਰ ਬਾਬਾ ਮੋਹਰੀ ਜੀ ਆਦਿ ਵੀ ਜੋ ਵਡੇਰੇ ਸਨ, ਉਹਨਾਂ ਨੂੰ ਵੀ ਉੱਚੇ ਆਸਣ ਉੱਤੇ ਬਿਠਾਇਆ ਗਿਆ। ਸਾਰਿਆਂ ਨੂੰ ਉੱਤਮ ਪਕਵਾਨ ਪਰੋਸੇ ਗਏ। ਪਾਠ ਅਤੇ ਨਕੀਬ ਬੋਲਦੇ ਜਾਂਦੇ ਸਨ। ਗੁਰੂ ਦਾ ਜਸ ਸਾਰਿਆਂ ਦੇ ਕੰਨਾਂ ਵਿੱਚ ਪਾਉਂਦੇ ਸਨ। ਜਵਾਨ ਸੂਰਮੇ ਅਤੇ ਸਮੂਹ ਸਿਪਾਹੀ ਅੱਗੇ ਅੱਗੇ ਜਾ ਰਹੇ ਸਨ ਅਤੇ ਕਿਸੇ ਨੂੰ ਡਰ ਨਹੀਂ ਸੀ। ਬਹੁਤ ਮੰਗਤੇ ਇਕੱਠੇ ਹੋ ਕੇ ਆ ਰਹੇ ਸਨ। ਸਾਰੇ ਮਸੰਦਾਂ ਤੋਂ ਧਨ ਆਦਿ ਪ੍ਰਾਪਤ ਕਰਦੇ ਸਨ। ਇਸ ਤਰ੍ਹਾਂ ਦਿਨ ਬੀਤ ਗਿਆ, ਰਾਤ ਆ ਗਈ। ਸਾਰੇ ਆਰਾਮ ਦੇ ਨਾਲ ਸੌਂ ਗਏ। ਸਵੇਰੇ ਉੱਠ ਕੇ ਸ਼ੌਚ ਇਸ਼ਨਾਨ ਕੀਤਾ। ਫਿਰ ਸਤਿਗੁਰੂ ਜੀ ਸਾਰਿਆਂ ਨੂੰ ਕਹਿਣ ਲੱਗੇ, ਆਪਣੇ ਆਪਣੇ ਵਾਹਨ ਸਜਾ ਕੇ ਤਿਆਰੀ ਕਰੋ। ਇਹ ਸੁਣ ਕੇ ਸਾਰੇ ਜਲਦੀ ਕਰਨ ਲੱਗੇ। ਪਾਲਕੀ 'ਤੇ ਚੜ੍ਹ ਕੇ ਗੁਰੂ ਜੀ ਚਲੇ ਗਏ। ਭਾਈ ਸਾਈਂਦਾਸ ਜੀ ਘੋੜੇ 'ਤੇ ਸਵਾਰ ਸੀ। ਗੱਲਾਂ ਕਰਦੇ ਅਚਲ ਸਾਹਿਬ ਚਲੇ ਗਏ।
ਬਾਬਾ ਮੋਹਰੀ ਜੀ, ਬਾਬਾ ਦਾਤੂ ਜੀ ਆਦਿ ਵੀ ਆ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਨੂੰ ਸਾਰੇ ਵੇਖਣਾ ਚਾਹੁੰਦੇ ਸਨ। ਬੜੇ ਪ੍ਰਸੰਨ ਚਿੱਤ ਉਹ ਗੁਰੂ ਜੀ ਦੇ ਪਿੱਛੇ ਪਿੱਛੇ ਗਏ। ਉੱਥੇ ਪਹੁੰਚ ਕੇ ਸਥਾਨ ਦਾ ਦਰਸ਼ਨ ਕੀਤਾ, ਧਰਤੀ 'ਤੇ ਸਿਰ ਧਰ ਕੇ ਵੰਦਨਾ ਕੀਤੀ। ਬਹੁਤ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਗਿਆ, ਗੁਰੂ ਜੀ ਨੂੰ ਅਰਪਣ ਕਰਕੇ ਸਾਰਿਆਂ ਨੂੰ ਵਰਤਾਇਆ। ਉੱਥੇ ਬਿਲਾਵਲ ਦੀ ਚੌਂਕੀ ਸੁਣੀ, ਵਿਸ਼ਾਲ ਸਭਾ ਲੱਗੀ ਜਿਹੜੀ ਬੜੀ ਸ਼ੋਭ ਰਹੀ ਸੀ। ਫਿਰ ਖੜ੍ਹੇ ਹੋ ਕੇ ਅਰਦਾਸ ਕਰਵਾਈ, ਫਿਰ ਗੁਰੂ ਜੀ ਪਾਲਕੀ ਵਿੱਚ ਚੜ੍ਹ ਗਏ। ਉਸ ਸਮੇਂ ਭਾਈ ਸਾਈਂ ਦਾਸ ਜੀ ਨਾਲ ਹੀ ਸਨ। ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਬਾਰੇ ਪੁੱਛਿਆ, ਗੁਰੂ ਜੀ ਕਿਸ ਕਾਰਨ ਇੱਥੇ ਆਏ ਸੀ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਸਾਰਾ ਕੁਝ ਦੱਸ ਦਿੱਤਾ। ਇਹ ਗੋਰਖਨਾਥ ਆਦਿ ਸਿੱਧਾਂ ਦਾ ਥਾਂ ਹੈ, ਉਹਨਾਂ ਦੇ ਪਾਸ ਮਹਾਨ ਮੇਲਾ ਲੱਗਦਾ ਸੀ, ਉਹਨਾਂ ਦੇ ਘਮੰਡ ਨੂੰ ਦੂਰ ਕਰਨ ਵਾਸਤੇ ਆਏ ਸਨ। ਗੁਰੂ ਜੀ ਨੂੰ ਵੇਖ ਕੇ ਸਿੱਧਾਂ ਨੇ ਆਪਣੀ ਸ਼ਕਤੀ ਵਿਖਾਈ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਰਾਮਾਤ ਨਾਲ ਅਧੀਨ ਕੀਤੇ ਅਤੇ ਉਹਨਾਂ ਨੂੰ ਜਿੱਤ ਕੇ ਉਹਨਾਂ ਦੇ ਹੰਕਾਰ ਦਾ ਨਾਸ਼ ਕੀਤਾ। ਸਾਰੇ ਚਰਨਾਂ 'ਤੇ ਢਹਿ ਪਏ ਅਤੇ ਕਿਸੇ ਤਰ੍ਹਾਂ ਵੀ ਅੜੇ ਨਹੀਂ, ਜਿਵੇਂ ਹਾਥੀ ਸ਼ੇਰ ਅੱਗੇ ਨਹੀਂ ਠਹਿਰ ਸਕਦਾ। ਉਸ ਸਮੇਂ ਤੋਂ ਇਹ ਉੱਤਮ ਸਥਾਨ ਹੈ, ਜਿਹੜਾ ਵੀ ਇਸ ਦੇ ਦਰਸ਼ਨ ਕਰਦਾ ਹੈ ਉਹ ਮਹਾਨ ਫਲ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਸੁਣਾਉਂਦੇ ਡੇਰੇ ਪਹੁੰਚ ਗਏ। ਭਾਈ ਰਾਮਾ ਜੀ ਨੇ ਸੁਣਿਆ ਕਿ ਇਸ ਵੇਲੇ ਆ ਗਏ ਹਨ, ਤੁਰੰਤ ਆਪਣੇ ਘਰ ਵਿੱਚ ਬੁਲਾਏ, ਭਲੀ ਭਾਂਤ ਭੋਜਨ ਛਕਾਇਆ। ਇਸੇ ਰੀਤ ਨਾਲ 3 ਦਿਨ ਬੀਤ ਗਏ। ਨੇੜੇ ਨੇੜੇ ਦੀਆਂ ਸੰਗਤਾਂ ਨੇ ਜਦ ਸੁਣ ਲਿਆ ਪੁੱਤਰ ਵਿਆਹੁਣ ਵਾਸਤੇ ਗੁਰੂ ਜੀ ਆਏ ਹਨ, ਦਰਸ਼ਨਾਂ ਵਾਸਤੇ ਸਾਰੇ ਆਏ, ਯਥਾ ਸ਼ਕਤੀ ਸਾਰੇ ਭੇਟਾਵਾਂ ਧਰਦੇ ਸਨ ਅਤੇ ਵੰਦਨਾ ਕਰਕੇ ਆਪਣੇ ਨੇਤਰਾਂ ਨੂੰ ਸਫਲ ਕਰ ਲੈਂਦੇ ਸਨ। 3 ਦਿਨ ਸੰਗਤ ਆਉਂਦੀ ਰਹੀ ਅਤੇ ਅਰਦਾਸ ਕਰਕੇ ਆਪਣੀਆਂ ਕਾਮਨਾਵਾਂ ਪੂਰੀਆਂ ਕਰਦੇ ਸਨ। ਅਜਿਹਾ ਉਤਸਵ ਵੇਖ ਕੇ ਸਾਰੇ ਬਹੁਤ ਹੈਰਾਨ ਹੋਏ, ਮਾਨੋ ਆਨੰਦ ਰੂਪ ਦਾ ਸਮੂਹ ਸੀ। ਸੋ ਸਾਧ ਸੰਗਤ ਜੀ, ਇੱਥੇ 5ਵੀਂ ਰਾਸ ਦਾ 60ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।